एक बार जोरदार तालियों के साथ स्वागत करते दी वन एंड दी ओनली परमेश वर्मा सब आपके दिल से फैने पता है नहीं आपके साथ इतना okay. अच्छी चीज भी है या बुरी तो खैर इसको नहीं कह सकते कि कुछ आर्टिस्ट के साथ सीधा दिल का कनेक्ट बनता है ये सिर्फ आपके गानों की नहीं आपकी पर्सनैलिटी okay. की भी बात है okay. जितने कैंडिडेट जितने रॉ आप भले वो सोशल मीडिया पे हो हाँ भले वो आप जिम में हो भले वो आप अपने गानों में हो हाँ और भले अभी इस वक्त मेरे साथ भी हो अभी लेट मी जस्ट टेल यू इश्क एम वाले जितने भी सुन रहे हैं ऑफ भी पाजी बिल्कुल वैसे ही है। <laughs> yeah. आप ना सबसे पहली चीज जब आर्टिस्ट से मिलते ना वो चेक करते हो वो एक सोशल मीडिया वाले अलग हो जाते हैं हाँ रील और रियल हाँ वाले वो चेक करते हैं अब बिल्कुल वैसे ही हो सो इफ यू डोंट लाइक मी ऑन कैमरा यू आर डेफिनेटली नॉट लाइक मी ऑफ कैमरा आल्सो बिकॉज देयर इज नो डिफरेंस हां जी तो ठीक है भाजी शुरू करते हैं थोड़ा धक धक तो हो रही है पर कोई नहीं वन टू थ्री फोर करते हैं इंटरव्यू शुरू इन पटियाला फ्लो और आपकी नई एल्बम आई है वाई हेट तो क्या कहानी है यार मेरे <laughs> क्या बात है यार। ताक पाती। एक रह गया सी मेगा गाना एक रह गया। आपने तीन का कर दिया था ना आ, धक धक हो रही है अच्छा तक कहता सी आ, अच्छा धक धक बोल दिया ना हाँ धक धक

ਹਾਂਜੀ ਕੀ ਹੋ ਰਿਹਾ ਹੈ ਖਤਮ ਕਰੋ ਮੈਂ ਕਹਿੰਦਾ ਕਿਸੇ ਨੇ ਕਹਾ ਨਹੀਂ ਇਹ ਹੁੰਦੇ ਨਹੀਂ ਪੀਆਰ ਔਰ ਵੈਸੇ ਵਾਲੇ ਲੋਕ ਹੀ ਨਹੀਂ ਨਹੀਂ ਪਰਮਿਸ਼ ਥੋੜਾ ਜਿਹਾ ਨਾ ਐਦਾ ਕਰੀਦਾ ਥੋੜਾ ਫੇਕ ਬਣੀਦਾ ਥੋੜਾ ਤੋ ਕਿਵੇਂ ਆ ਫਿਲਟਰ ਕਿਵੇਂ ਅਨਫਿਲਟਰ ਕਰ ਰਹੇ ਹੋ ਉਸੇ ਮੈਂ ਤੁਹਾਨੂੰ ਇੱਕ ਛੋਟੀ ਐਗਜ਼ਾਮਪਲ ਦਿੰਦਾ ਮੈਂ ਨਾ ਗਾਲ ਨਹੀਂ ਕੱਢਣੀ ਗਾਣੇ ਦੇ ਵਿੱਚ ਨਾ ਐਡੀਡਾਸ ਦਾ ਟਰੈਕ ਸੂਟ ਪਾਇਆ ਹੋਇਆ ਹਾਂ ਕੁਝ ਬੂਟ ਵੀ ਪਾਏ ਨੇ ਵਧੀਆ ਗੂਚੀ ਵਾਲੇ ਮੈਂ ਨਵੇਂ-ਨਵੇਂ ਲਈ ਸੀ ਪਰ ਮੈਂ ਸ਼ੋਆ ਤੇ ਨਾ ਟਰੈਕਸੂਟ ਪਾ ਕੇ ਜਾਂਦਾ ਹੁੰਦਾ ਸੀ ਮੈਂ ਉੱਤੇ ਸ਼ਰਟ ਹਮ ਥੱਲੇ ਕਾਲੇ ਰੰਗ ਦਾ ਲੋਅਰ ਅੱਛਾ ਪਹਿਲੇ 2-3 ਸਾਲ ਮੈਂ ਲੋਅਰ ਪਾ ਕੇ ਹੀ ਹਾਂ ਤੇ ਸ਼ੋਅ ਲਾਇਆ ਹਾਂ ਕਿਉਂਕਿ ਮੈਂ ਉਸ ਤੋਂ ਪਹਿਲਾਂ ਵੀਡੀਓ ਡਾਇਰੈਕਸ਼ਨ ਕਰਦਾ ਸੀ ਹਾਂ ਤੇ ਵੀਡੀਓ ਡਾਇਰੈਕਸ਼ਨ ਕਰਨ ਲਈ ਭੱਜਣਾ ਬਹੁਤ ਪੈਂਦਾ ਸੀ ਤਾਂ ਮੈਂ ਹੁਣ ਟੌਰ ਕੱਢ ਕੇ ਕਿਦਾਂ ਡਾਇਰੈਕਟਰ ਬਣ ਗਿਆ ਹਾਂ ਤਾਂ ਮੈਂ ਸਪੋਰਟ ਸ਼ੂਜ਼ ਪਾਉਂਦਾ ਸੀ ਨਾਲ ਲੋਅਰ ਪਾ ਲੈਂਦਾ ਸੀ ਤੇ ਟੀ-ਸ਼ਰਟ ਜਾਂ ਸ਼ਰਟ ਕੁਝ ਵੀ ਜੋ ਵੀ ਪਾਉਣਾ ਹੁੰਦਾ ਸੀ ਮੋਸਟਲੀ ਗਾਣਿਆਂ 'ਚ ਵੀ ਮਤਲਬ ਆਏ ਸੀ ਕਿ ਜਿਵੇਂ ਮੇਰੇ ਸ਼ਾਟ ਆਉਂਦਾ ਪੈਂਟ ਪਾਈ ਸ਼ਾਟ ਦਿੱਤਾ ਪੈਂਟ ਲਾ ਕੇ ਫਿਰ ਲੋਅਰ ਪਾ ਲਿਆ ਤੇ ਮੇਰੇ ਸ਼ੂਟ ਸ਼ੂ ਸ਼ੁਰੂ ਹੋਏ ਤੇ ਮੈਨੂੰ ਸਾਰੀ ਟੀਮਾਂ ਨੇ ਕਿਹਾ ਕਿ ਹੁਣ ਤਾਂ ਚਲੋ ਮੈਂ ਥੋੜਾ ਵਧੀਆ ਕੱਪੜੇ ਪਾਉਣ ਲੱਗ ਗਿਆ ਪਰ ਇਹ ਉਦੋਂ ਦੀ ਗੱਲ ਹੈ ਵਧੀਆ ਆ ਫਲੋਰ ਡਾਲ ਕੇ 스테ਜ ਤੇ ਜਾਂਦੇ ਹੋ ਯਾਰ ਜੁ ਵਧੀਆ ਕੱਪੜੇ ਪਾਇਆ ਕਰੋ ਵਧੀਆ ਕੱਪੜੇ ਪਾਇਰ ਮੈਂ ਗੂਚੀ ਦੇ ਤਿੰਨ ਚਾਰ ਟਰੈਕਸੂਟ ਲੈ ਲੇ ਅੱਛਾ ਲੋਕਾਂ ਲਾਦਾ ਪਰਮੇਸ਼ ਗੂਚੀ ਦੇ ਟਰੈਕਸੂਟ ਬਹੁਤ ਹੈ ਨਾ ਉਹ ਗੂਚੀ ਦੇ ਟਰੈਕਸੂਟ ਮੈਂ ਤਾਂ ਲਈ ਸੀ ਮੈਂ ਲੋਵਰਾਂ ਚ ਬੜਾ ਕੰਫਰਟੇਬਲ ਹੁੰਦਾ ਸੀਗਾ ਤੇ ਹੁਣ ਵੀ ਮੈਂ ਕੱਪੜੇ ਤਾਂ ਅੱਜ ਵੀ ਵਧੀਆ ਲੈ ਕੇ ਆਇਆ ਸੀ ਪਰ ਮੈਂ ਯਾਰ ਕੁਰਤਾ ਐਵੇਂ ਨਵੇਂ ਸਵਾਏ ਨੇ ਕਿ ਕੰਫਰਟੇਬਲ ਹੈ ਕਿ ਚਲੋ ਜੀ ਠੀਕ ਆ ਯਾਰ ਸਾਰਾ ਦਿਨ ਪਰ ਹੁਣ ਇੰਸਟਾਗ੍ਰam ਹੈਜ਼ ਬਿਕਮ ਥੈਟ ਦੁਕਾਨ ਬਣ ਗਈ ਨਾ ਤੁਹਾਡੀ ਉਹਦੇ ਵਧੀਆ ਵਧੀਆ ਕੱਪੜੇ ਪਾ ਕੇ ਦਿਖਾਉਂਦੇ ਰਹਿੰਦੇ ਹੋ ਕਿ ਹਾਂਜੀ ਜੀ ਦੇਖੋ ਮੈਂ ਕੰਟੈਂਪੋਰੀ ਆਰਟਿਸਟ ਹਾਂ ਵਧੀਆ ਕੱਪੜੇ ਉਹੀ ਉਹੀ ਕਹਿ ਰਿਹਾ ਸੀ ਮੈਂ ਠੀਕ ਆ ਬਹੁਤ ਰੇਅਰ ਵੀਰੇ ਮੌਕਾ ਮਿਲਦਾ ਜੀ ਹੁਣ ਮਤਲਬ ਕਨਫਾਈਨਡ ਜੀ ਹੋ ਗਈ ਨਾ ਲਾਈਫ ਤੁਹਾਡੇ ਸਮਾਲ ਜੀ ਬ੍ਰੈਕਟ ਚ ਔਰ ਰੇਅਰਲੀ ਤੁਹਾਨੂੰ ਐ ਮਿਲਿਆ ਤੇ ਵਧੀਆ ਫਿਰ ਹੁਣ ਵੀ ਮੈਂ ਐਕਟਿੰਗ ਹੀ ਕਰੀ ਜਾਵਾਂ ਬਹੁਤ ਥਕਾਨ ਵਾਲਾ ਕੰਮ ਹੈ ਬਹੁਤ ਜ਼ਿਆਦਾ ਆਲਵੇਜ਼ ਬੀਇੰਗ ਇਨ ਥੈਟ ਕੈਰੈਕਟਰ ਆਫ ਸੋਸ਼ਲ ਮ

ਹਮ hmm. that is what i'm saying i am doing hmm. this for myself yes i started losing ਮੈਂ ਕੌਣ ਹਮ ਮੈਂ i was so okay so i was having this conversation with this guy ਹਮ ਇਸ ਤੋਂ ਪਹਿਲਾਂ ਇੰਟਰਵਿਊਜ਼ ਦੀ ਕਨਵਰਸੇਸ਼ਨ ਨਹੀਂ ਸਾਰੀ ਟੀਮ ਨਾਲ ਤਾਂ ਉਹਨਾਂ ਨੂੰ ਮੈਂ ਇੱਕ ਅਜਿਹੀ ਅਨਲੋਜੀ ਦਿੱਤੀ ਥੋੜੇ ਨਾਲ ਗੱਲ ਕਰਾਂ ਪਹਿਲੀ ਵਾਰੀ ਹਮ ਮੈਂ ਕਿਹਾ ਸਕਸੈਸ ਇਸ ਲਾਈਕ ਵੇਅਰਿੰਗ ਅ ਰੀਲੀ ਨਾਈਸ ਲੈਦਰ ਜੈਕਟ ਅ ਰੀਲੀ ਨਾਈਸ ਲੈਦਰ ਜੈਕਟ ਬਟ ਇਟਸ ਵੈਟ ਫਰਮ ਇਨਸਾਈਡ ਵਾਓ ਸੋ ਬਾਹਰੋਂ ਦਾ ਬੰਦਾ ਕੀ ਬਾਤ ਹੈ ਕੈਂਡ ਲੱਗ ਰਿਹਾ ਉਹ ਅੰਦਰੋਂ ਜਿਹੜੀ ਜੈਕਟ ਕੰਫਰਟੇਬਲ ਹੈ ਨਾ ਉਹ ਕਦੇ ਕਦੇ ਫਿਰ ਮੈਂ ਲਾ ਦਿੰਦਾ ਹੂੰ ਠੀਕ ਹੈ ਸੋ ਤਾਂ ਕਰਕੇ ਮਤਲਬ ਮੈਂ ਕੋਸ਼ਿਸ਼ ਕਰਦਾ ਬੜੀ ਵਾਰੀ ਕਈ ਸਰਕਮਸਟੈਂਸਸ ਸਮਾਂ ਇਹੋ ਜਿਹਾ ਵੀ ਹੋ ਜਾਂਦਾ ਜਦੋਂ ਤੁਹਾਨੂੰ ਥੋੜਾ ਜਿਹਾ ਮੈਂ ਰਹਿਣਾ ਪੈਂਦਾ ਕਿ ਯਾਰ ਮੈਂ ਥੋੜਾ ਲਿਮਿਟ ਜੀ ਕਰਦਾ ਆਪਦੀ ਉਸ ਚੀਜ਼ ਨੂੰ ਪਰ और जो ईपीआई है आपकी गाने मतलब हमेशा ही वैसे भाजी का जो भी गाना आता है वो तो कमाल है तो इसके गानों की जो पीछे की कहानी है वो ऐसे नहीं पूछूंगा क्या कहानी थी क्या सोचा hmm. वो आई एम श्योर बहुत लोगों ने आपसे पूछा होगा और कह दिया मेरे को एकदम से बदल लग गया हाँ तो बस मैं इतना कहना चाहूंगा ये जो मूड होता है कहते तो हाँ ना गाने का एक मूड हो जाता है हर आर्टिस्ट का तो आपका मूड जो है कब बन गया था वो जिम में सोचते सोचते करते करते आ गया व्हाट्सएप पे वॉइस नोट भेज दिया ऐसा कर सकते हैं मैं तुम्हें चलो नवीयां गल्लां दस दना गड्डियां सो गड्डियां कहता गाने बारे वो भी रे असल च मेनू एवे फील हुंदा सी कि एज एन आर्टिस्ट ना मेरा सिमिलर कंटेंट ही हुंदा सी लाइक एट वन स्टेज ऑफ टाइम आई जस्ट स्टॉप्ड एंजॉयिंग माय क्रिएटिंग द काइंड ऑफ म्यूजिक दैट आई वाज डूइंग ਮੈਨੂੰ ਸੀ ਯਾਰ ਕਿ ਕਿਉਂਕਿ ਪਹਿਲਾਂ ਤਾਂ ਮੈਂ ਵੀਡੀਓ ਡਾਇਰੈਕਸ਼ਨ ਕਰਦਾ ਸੀ ਹਮ ਐਕਟਿੰਗ ਮੇਰਾ ਗੋਲ ਸੀ ਤੇ ਫਿਲਮਾਂ ਮੈਂ ਕਰਨੀਆਂ ਸੀ ਹਮ ਤੇ ਗਾਣਾਂ ਤਾਂ ਮੇਰਾ ਇੱਕ ਚੱਲਿਆ ਦੋ ਚੱਲ ਗਏ ਉਹ ਗਾਣੇ ਚੱਲ ਗਏ ਤੇ ਮੈਂ ਸ਼ੋਜ਼ ਕਰਨ ਲੱਗ ਗਿਆ ਹਮ ਪਰ ਜਦੋਂ ਸ਼ੋਜ਼ ਕਰਨ ਲੱਗ ਗਿਆ ਤਾਂ ਉਦੋਂ ਮੈਂ ਸਮਝਿਆ ਕਿ ਯਾਰ ਇਹ ਬਿਜ਼ਨਸ ਹੈ ਆਈ ਨਹੀਂ ਕਿ ਜਾ ਕੇ ਬਸ ਦੋ ਫੋਟੋਆਂ ਕਰਾ ਕੇ ਵਾਪਸ ਆਜੋ ਦੇਰ ਇਜ਼ ਅ ਸੈਟ ਬਿਲਕੁਲ ਸੈਟ ਤਿਆਰ ਕਰਨਾ ਸੋ ਗਾਣੇ ਬਣਾਏ ਸੈਟ ਤਿਆਰ ਕੀਤੇ ਰੀਕ ਮਤਲਬ ਵੀ ਵੀ ਕ੍ਰੀਏਟਡ ਅ ਸ਼ੋ ਦੈਟਸ ਵਾਈ ਵਿ ਲਾਸਟਿਡ ਸੋ ਮੈਨੀ ਈਅਰਸ ਵੀ ਆਰ ਸਟਿਲ doing more shows than ever but like, that's how i lasted in that industry hm aye ni si ke gaane viral hoy bande ne show kitte chala gaya hm shows regular ho gaye with time mein lagyaar je shows evolve karne chahuna main ta mainu sound evolve karni pehni bilkul contemporary music nu sunna pehna so like there was a, a transition it took me 2 3 years hm i think covid to pehla to main lagya hoya si ke main sound nu change karan mera gaana bade gaane mere unseen te unheard vi si ਹੂੰ ਮੇਰਾ ਗਾਣਾ ਨੀਟ ਆਇਆ ਉਹ ਨਹੀਂ ਹਿੱਟ ਹੋਇਆ ਉਹਨਾਂ ਹੁਣ ਉਹ ਸ਼ੋਜ਼ ਤੇ ਬਹੁਤ ਪਿਕ ਅਪ ਕਰ ਗਿਆ ਕਿਉਂਕਿ ਹੁਣ ਲੋਕਾਂ ਨੇ ਐਕਸੈਪਟ ਕਰ ਲਿਆ ਉਹ ਯਾਰ ਆ ਮਿਊਜ਼ਿਕ ਚ ਵੀਰ ਪਰਮੇਸ਼ ਦਾ ਰੂਬਿਕਨ ਡਰਲ ਬੜਾ ਵਧੀਆ ਚੈੱਕ ਆਊਟ ਬੜਾ ਵਧੀਆ ਪੰਜਾ ਦਾਬ ਚੱਲ ਗਿਆ ਤਾਂ ਜਦੋਂ ਕਿਉਂਕਿ ਪੀਪਲ ਵਾਂਟ ਦੇ ਵਾਂਟ ਐਕਸਪੈਕਟਿੰਗ ਮੀ ਟੂ ਸਵਿਚ ਮਾਈ ਸਾਊਂਡ ਹੂੰ ਸੋ ਵੈਨ ਆ ਵਾਸ ਮੇਕਿੰਗ ਐਫਰਟਸ ਆ ਵਾਸ ਫੇਲਿੰਗ ਬਟ ਆ ਵਾਸ ਲੀਕ ਯਾ ਦੈਟਸ ਫਾਈਨ ਇਟ ਫੇਅਰ ਇਨਾਫ ਹਾਊ ਕਿਡ ਆ ਐਕਸਪੈਕਟ ਰਾਦਰ ਦਨ ਹੁਣ ਤੁਸੀਂ ਮੇਰੇ ਤੁਸੀਂ ਮੇਰੀ ਕਾਫੀ ਸ਼ਾਪ ਤੇ ਆਉਣ ਐਂਡ ਆਲ ਆਫ ਅ ਸਰਨਮ ਲਗਿਆ ਯਾਰ ਆਈਵ ਸਟਾਰਟਡ ਸੇਲਿੰਗ ਟੀ ਨਾਓ ਹੈਨਾ ਉਹ ਮਿਲਕ ਸ਼ੇਕਸ ਸੋ ਯੂ ਵਿਲ ਬੀ ਅ ਲਿਟ ਰੈਲਕਟੈਂਟ ਯਾਰ ਮੈਂ ਆਇਆ ਤਾਂ ਕਾਫੀ ਪੀਣ ਸੀ ਪਰ ਮੇ ਬੀ ਯੂ ਨੋ ਜਦੋਂ ਤੁਸੀਂ ਦੇਖਿਆਗੇ ਠੀਕ ਆ ਇਹਦੀ ਦੁਕਾਨ ਬੰਦ ਨਹੀਂ ਹੋਈ ਮਿਲਕ ਸ਼ੇਕ ਵਾਲੀ ਦੋ ਚਾਹ ਵੀ ਵਕਰੀ ਆਪ ਚੱਲ ਰ ਇੱਕ ਦਿਨ ਪੀ ਕੇ ਦੇਖਦੇ ਠੀਕ ਆ ਯਾਰ ਚਾਹ ਵਧੀਆ ਹੈ ਰੀ ਨਾ ਤਾਂ ਮੈਨੂੰ ਲੱਗਿਆ ਟ੍ਰਾਂਜੀਸ਼ਨ ਸੀਗਾ ਤੇ ਮੈਨੂੰ ਕਰਨਾ ਵੀ ਚਾਹੀਦਾ ਸੀਗਾ ਸੋ ਮੈਂ ਆਏ ਨਹੀਂ ਆਇਆ ਕਿ ਅੱਜ ਤੋਂ ਬਾਅਦ ਮੈਂ ਆਏ ਕਰ ਦੂੰਗਾ ਕਜ਼ ਆਈ ডো ਨੋ ਕਿ ਆਰਟਿਸਟ ਦੇ ਹੱਥੇ ਥੋੜੀ ਹੈ ਉਹ ਤਾਂ ਆਰਟਿਸਟ ਹੋਪ ਕਰ ਸਕਦਾ ਕਿ ਯਾਰ ਆਈ ਹੈਵ ਅ ਫੈਨ ਬੇਸ ਆਲਰੇਡੀ देयर आर पीपल ਆਊਟ देयर ਹੂ ਫੋਲੋ ਮਾਈ ਵਰਕ ਲੈਟ ਮੀ ਜਸਟ ਟਰਾਈ ਸਮਥਿੰਗ ਨਿਊ ਓ ਦੇ ਡੋਨਟ ਲਾਈਕ ਇਟ ਲੈਟ ਮੀ ਟਰਾਈ ਇਟ ਅਗੇਨ ਲੈਟ ਮੀ ਟਰਾਈ ਇਟ ਅਗੇਨ ਲੈਟ ਮੀ ਟਰਾਈ ਇਟ ਅਗੇਨ ਦੈਨ ਵਾਂਸ ਤੁਹਾਡਾ ਗਾਣਾ ਚੱਲ ਗਿਆ ਆਮ ਜਿਹੇ ਮੁੰਡੇ ਵਾਸ ਦਾ ਫਰਸਟ Song ਦੈਟ ਕੇਮ ਫਰਮ ਮਾਈ ਕੋਰ ਐਂਡ ਆ ਵਾਂਟਡ ਟੂ ਡੂ ਸਮਥਿੰਗ ਆਊਟਸਾਈਡ ਆਫ ਗਾਲ ਨਹੀਂ ਕੱਢਣੀ ਛੜਾ ਐਂਡ ਯੂ ਨੋ ਸਭ ਫੜੇ ਜਾਣਗੇ ਐਂਡ ਨੋ ਕੰਪਨੀ ਬੌਟ ਦੈਟ Song ਦੇ ਵਿਲ ਲਾਈਕ ਯਾਰ ਉਦੋਂ ਦਾ ਉਸ ਵੇਸੀ ਵਾਈਬ ਨਹੀਂ ਆਈ ਹਾਂ ਤਾਂ ਮੈਂ ਆਮ ਜਿਹੇ ਮੁੰਡੇ ਆਪਣੇ ਚੈਨਲ ਤੇ ਪਾਇਆ ਸੀ ਸੋ ਫਿਰ ਮਤਲਬ 2-3 ਸਾਲ ਬਾਅਦ ਜਦੋਂ ਗਾਣੇ ਗੁਣੇ ਚੱਲ ਗਏ ਮਤਲਬ ਨਵੇਂ ਸਾਊਂਡ ਸਕਸੈਸਫੁਲ ਹੋ ਗਏ ਫਿਰ ਮੈਂ ਲੱਗਿਆ ਯਾਰ ਨਾਓ ਇਟਸ ਟਾਈਮ ਟੂ ਕ੍ਰੀਏਟ ਯੂ ਨੋ ਅਨ ਈਪੀ ਐਂਡ ਲਾਈਕ ਲੈਟਸ ਸਟਾਰਟ ਡੂਇੰਗ ਵਰਕ ਥੈਟ ਯੂ ਲਵ ਐਂਡ ਐਂਡ ਆਈ ਡੋਨਟ ਬਲੇਮ ਐਨੀਵਨ ਯੂ ਨੋ ਲੇਬਲਸ ਆਰ ਨਾਟ ਸਪੋਜ਼ਡ ਟੂ ਗੋ ਔਨ ਥੈਟ ਰਿਸਕੀ ਜਰਨੀ ਵਿਦ ਯੂ ਯੂ ਨੋ ਦੇ ਆਰ ਬੀਨ ਦੇ ਆਰ ਇਨ ਅ ਬਿਜ਼ਨਸ ਦੇ ਗਿਵਿੰਗ ਯੂ ਦ ਮਨੀ ਥੈਟ ਯੂ ਆਸਕ ਫੋਰ ਦੇ ਹੈਵ ਟੂ ਰੀਕੂਪ देयर ਮਨੀ ਤਾਂ ਉਹਨਾਂ ਦੀ ਗੱਲ ਤਾਂ ਸਹੀ ਆ ਦੈਨ ਆਈ ਟੁੱਕ ਦੋਸ ਚਾਂਸਸ ਮੇਰਾ ਆਪ ਦਾ ਚੈਨਲ ਬਣਾਇਆ ਮੈਂ ਗਾਣਾ ਬਣਾਇਆ ਨਹੀਂ ਚੱਲਿਆ ਬਣਾਇਆ ਨਹੀਂ ਚੱਲਿਆ ਸੋ ਕਰਦੇ 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 ਫਿਰ ਮੈਂ ਇਸ ਕਰੀਅਰ ਦੀ ਸਟੇਜ ਤੇ ਆਇਆ ਕਿ ਯਾਰ ਫਾਈਨਲੀ ਲੈਟਸ ਜਸਟ ਸਟਾਰਟ ਮੇਕਿੰਗ ਦ ਕਾਈਂਡ ਆਫ 뮤직 ਦੈਟ ਆ ਵਾਂਟ ਟੂ ਮੇਕ ਨਾ ਫਿਰ ਉਹਦੇ ਵਿੱਚੋਂ ਪਟਿਆਲਾ ਫਲੋ ਨਿਕਲਿਆ ਤੱਕ ਗਾਣਾ 2 ਸਾਲ ਪਹਿਲਾਂ ਬਣਾਇਆ ਹੋਇਆ ਸੀ ਉਹ ਪਾਇਆ ਯਾਰ ਮੇਰੇ ਕੀਤਾ ਚੰਨੀ ਨੱਤਾ ਹੋਰਾਂ ਨਾਲ ਕਲਾਬ ਕੀਤੀ ਸੋ ਆਈ ਵਾਸ ਲਾਈਕ ਯੂ نو ਥਿਸ ਇਜ਼ ਅ ਕਾਈਂਡ ਆਫ 뮤직 ਥੈਟ ਆਈ ਵਾਂਟ ਟੂ ਡੂ ਐਂਡ देयर ਐਂਡ ਇਟਸ ਕੰਪਲੀਟਲੀ ਫਾਈਨ ਸਮ ਆਫ ਦ ਪੀਪਲ ਦੇ ਸਟਿਲ ਮਾਈਟ ਨਾਟ ਐਕਸੈਪਟ ਯਾਰ ਨਹੀਂ ਯਾਰ ਗੱਲ ਨਹੀਂ ਕੱਢਣੀ ਉਹ ਸਹੀ ਯਾਰ ਇਟਸ ਫਾਈਨ ਹੋ ਜਾਵੇ ਕਦੇ ਕਰ ਦਾਂਗੇ ਪਰ ਲਾਈਕ ਆਮ ਟੇਕਿੰਗ ਮਾਈ ਜੌਬ ਵੈਰੀ ਸੀਰੀਅਸਲੀ ਯਾਰ ਦ ਦ ਸ਼ੋਜ਼ ਆਰ ਪੇਇੰਗ ਮਾਈ ਬਿਲਸ ਥਿਸ ਇਜ਼ ਮਾਈ ਬਿਜ਼ਨਸ ਯੂ نو ਐਂਡ ਮਾਈ ਸ਼ੋਜ਼ ਆਰ ਡੂਇੰਗ ਸੋ ਗ੍ਰੇਟ ਨਾਓ ਜਸਟ ਮੈਂ ਜਦੋਂ ਜਾਣਨਾ ਨਾ like i see new kids vibing to the songs i'm like hey, this is what i want to do and i think every yeah, other artist point. is doing so hmm. i'm probably the only one who's sharing this process hmm. transition me to harikurt artist nahi transition kita na mm -hmm. apne music di jehdi uh, contemporary sound de vich aake i just did it in a way where i do not have to compromise the artist inside of me hmm. one more time hmm. i was like let's just you know do it right this time so that's how why hate happened wow. so punjabi meri language hai te ek gana assi north america shoot kita utthon di sound hai ek australia shoot kita utthon di sound hai ek desi tusi la lo duty hai tak gana punjab di core hai patiala flow is hip hop rnb vibe rnb ta nahi chalo hip hop hai te raftaar vire ne yaar mere vich aake drill karke like it's given that india wala sala cheez hai na so it's just my thing an honest attempt from an artist to to show people that hey i could do more there's there are more things i want to do not just commercially there are songs that i've made they are very they're not commercial they might not make money but they will make sense to you wow Like, भैया वो सेंस बनाएंगी, भले वो भले पैसा ना ना बनाए। okay, पाजी इसके लिए लिए कहा जा रहा है इस के लिए कि ये दुबई हुई है, फिर कोई गाने नहीं, 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 हुई है तो वहां हुआ वहां हुआ तो बस एक्चुअली एक लिस्टनर का ही सवाल बेसिकली ये था कि वो आ, पैसा जो है हर जगह थोड़ा थोड़ा बचाया या फिर बहुत ज्यादा था इधर उधर <laughs> <laughs> ਆ ਮੇਰੀ ਪ੍ਰੋਡਕਸ਼ਨ ਸੋ ਅਸੀਂ ਕੈਮਰਾ ਲੱਭ ਲੈਨੇ ਕਿਤੇ ਨਹੀਂ ਹੋਈਏ ਸੰਤਾ ਇੱਕ ਕੈਮਰਾ ਚਾਹੀਦਾ ਸੰਤਾ ਤੁਸੀਂ ਉਹ ਜ਼ੂਮ ਲੈਂਸ ਦੇ ਦਿਓ ਬਾਈ ਦਾ ਤੇ ਬਾਈ ਦੇ ਦਿਓ ਅਸੀਂ ਇੱਥੇ ਗਾਣਾ ਸ਼ੂਟ ਕਰ ਜਾਈਏ ਆਮ ਨਾਲ ਤਾਂ ਜਿਗਾੜ ਲਾਇਆ ਸਾਰੀ ਜ਼ਿੰਦਗੀ ਤੋ ਆਏ ਸੀ ਕਿ ਅਸੀਂ ਆਸਟ੍ਰੇਲੀਆ ਗਏ تھے ਤੋ ਇੱਕ ਗਾਣਾ ਆਸਟ੍ਰੇਲੀਆ ਮੇ ਸ਼ੂਟ ਕੀਤਾ ਹੂੰ ਕਿਉਂਕਿ ਮੈਂ ਚਾਹੁੰਦਾ ਸੀ ਉਹ ਆਸਟ੍ਰੇਲੀਆ ਦੀ ਲੁੱਕ ਐਂਡ ਫੀਲ ਹੋਵੇ ਹੂੰ ਇੱਕ ਗਾਣਾ ਅਸੀਂ ਕੈਨੇਡਾ ਸ਼ੂਟ ਕੀਤਾ ਤਾਂ ਮੈਂ ਚਾਹੁੰਦਾ ਸੀ ਲੁੱਕ ਐਂਡ ਫੀਲ ਉੱਥੋਂ ਦੀ ਹੋਵੇ ਸਾਊਂਡ ਉੱਥੋਂ ਦੀ ਹੋਵੇ ਸਟਰੀਨਿੰਗ ਸਾਊਂਡ ਉੱਥੋਂ ਦੀ ਹੈ ਪਟਿਆਲਾ ਫਲੋ ਅਸੀਂ ਪਟਿਆਲਾ ਸ਼ੂਟ ਕੀਤਾ ਹ ਸ਼ੂਟ ਕੀਤਾ ਸੋ ਜਿੱਥੇ ਵੀ ਅਸੀਂ ਸੀ ਉੱਥੇ ਸ਼ੂਟ ਕੀਤਾ ਬਟ ਹਮ ਅ ਇੱਕ ਗਾਣੇ ਦੇ ਵਿੱਚ ਇੱਕ ਦੋ ਤਿੰਨ ਚਾਰ ਦੇ ਵਿੱਚ ਵੀ ਡਿਡ ਯੂਜ਼ ਸਮ ਆਫ ਦ ਫੁਟੇਜ ਫਰੋਮ ਐਨ ਅਦਰ Song which is yet to be released ਉਹ ਉਹ ਗਾਣਾ ਸੀ ਬਹੁਤ ਸੋਹਣਾ ਸ਼ੂਟ ਕੀਤਾ ਇੱਕ ਉਹਦੀ ਬਹੁਤ ਫੁਟੇਜ ਸੀ ਉਹ ਗਾਣਾ ਐਡਿਟ ਹੋ ਗਿਆ ਹਾਂ ਤੇ ਚਾ ਦੋ ਤਿੰਨ ਸ਼ਾਟ ਪਾਏ ਨਹੀਂ ਮੈਂ ਕਿਹਾ ਸ਼ਾਟ ਸੋਹਣੇ ਨੇ ਅਸੀਂ ਇਹ ਰੋ ਇੱਕ ਦੋ ਤਿੰਨ ਚਾਰ ਚ ਪਾਦੇ ਠੀਕ ਹੈ ਨਾ ਜੀ ਯਾ ਠੀਕਾ ਚੱਕ ਕੇ ਥੋੜਾ ਬਲੈਕ ਐਂਡ ਵਾਈਟ ਜੇ ਕਰਤੇਗੇ ਜਦੋਂ ਉਹ ਗਾਣਾ ਆਵੇ ਪਤਾ ਨਾ ਲੱਗੇ ਪਰ ਚੱਲੇ ਲੋ ਪਰ ਫਿਰ ਪਰ ਮੈਂ ਕ੍ਰੈਡਿਟ ਦਿੱਤਾ ਜਿਹੜੇ ਡੀਓਪੀ ਦਾ ਸੀ ਭਾਵੇਂ ਉਹਦੇ ਦੋ ਸ਼ਾਟ ਹੀ ਪਾਏ ਯਾਰ ਕ੍ਰੈਡਿਟ ਦਾ ਕ੍ਰੈਡਿਟ ਹੈ ਸਾਨੂੰ بڑے ਗਾਣੇ ਆ ਚੱਲੋ ਲੋਕ ਸੀ ਭਾਈ یہی ਸ਼ਾਟ ਪਾ ਲਈ ਸਭ ਤੋਂ ਅੱਛਾ ਹੈ ਕਿਹੜਾ ਸ਼ਾਟ ਲਿਆ ਆਪਨੇ ਅਰੇ ਤਾਂ ਪਹਿਲੇ ਕਾ ਮੈਂ ਕਢਾ ਲਾਤਾ ਤਾਂ ਭਾਈ ਇਹ ਹਰ ਆਰਟਿਸਟ ਕਹਤੇ ਹੈ ਕਿ ਉਨ੍ਹਾਂ ਦਾ ਇੱਕ ਆਪਣਾ ਜਿਹਾ ਇੱਕ ਸਟਾਈਲ ਹੈ ਇੱਕ ਤਰੀਕਾ ਹੈ और उसमें रॉयल्टी भी होती है मैं रॉयल्टी की तरफ थोड़ा सा इस तरफ पॉइंट पे बात करना चाह रहा था कि जैसे गाना आप करते हो या लिरिक्स आप करते हो आपको रॉयल्टी मिलती है तो पाजी जैसे जो आपकी बियर्ड है जो स्टाइल है उसकी भी रॉयल्टी पैसे कट पाई <laughs> 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 देखो जी बिल्कुल मतलब <laughs> बहुत आपका परमीश एक स्टाइल है परमीश इज जस्ट नॉट एन आर्टिस्ट इनका स्टाइल परमीश वो मुच्छा करते परमीश कट जेड़ा है ना ये ਤੋ ਇਸਕਾ ਇਹ ਕਬ ਤੱਕ ਰਹਿਣੇ ਵਾਲਾ ਹੈ ਦੇਖੋ ਜੀ ਮੈਨੂੰ ਐਵੇਂ ਫੀਲ ਹੁੰਦਾ ਹੁੰਦਾ ਵੀਰੇ ਕਿ ਜਿਹੜਾ ਵੈਲਥ ਹੁੰਦੀ ਹੈ ਨਾ ਉਹ ਵੈਲਥ ਪੈਸਿਆਂ ਦੀ ਨਹੀਂ ਹੈਗੀ ਆਹ ਤਾਂ ਰਾਇਲਟੀ ਤਾਂ ਮੈਨੂੰ ਮਿਲਦੀ ਆ ਦਾੜੀ ਦੀ ਜਿਹੜੇ ਮੈਨੂੰ ਪਿਆਰ ਕਰਦੇ ਨੇ ਹਰ ਇੱਕ ਚੀਜ਼ ਨੂੰ ਆਪਾਂ ਪੈਸਿਆਂ ਥੋੜੀ ਕਰ ਸਕਦੇ ਹਾਂ ਜਦੋਂ ਕੋਈ ਬੰਦਾ ਫੋਟੋ ਦਾ ਕਹਿੰਦਾ ਰਹੇ ਹੋ ਜੀ ਦਾੜੀ ਕਰਦੇ ਭਾਈ ਉਹ ਚੀਜ਼ ਕੋਈ ਖਰੀਦ ਸਕਦਾ ਸਹੀ ਬਾਤ ਹੈ ਤੁਸੀਂ ਜਿਹੜਾ ਪਿਆਰ ਪਾ ਗਿਆ ਉਹਦੀ ਉਹਦੀ ਤਾਂ ਰਾਇਲਟੀ ਕੀ ਬਾਤ ਹੈ ਜੀ ਠੀਕ ਹੈ ਭਾਈ ਓਕੇ ਤੋ ਇਹ ਜੋ ਆਪਕੀ ਈਪੀ ਹੈ ਇਸਮੇ ਕੋਈ ਐਸੀ ਲਾਈਨ ਕੋਈ ਐਸਾ ਪਾਰਟ ਕਿਉਂਕਿ ਹਮੇ ਤੋ ਆਲਮੋਸਟ ਸਾਰੀ ਪਾਰਟ ਜੋ ਲੱਗਤੇ ਨਾ ਉਹ ਐਜ਼ ਅ ਲਿਸਨਰ ਜਦ ਹਮ ਸੁਣਤੇ ਕਿ ਭਾਈ ਇਹ ਵਾਈਬ ਹੈ ਜੀ ਆਪਕੋ ਖੁਦ ਕੋਈ ਐਸਾ ਪਾਰਟ ਲਗਾ ਕਿ ਯਾਰ ਇਹ ਤੋ ਗੂਸਬੰਮ ਵਾਲਾ ਮੂਮੈਂਟ ਥਾ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਜਿਹੜੀ ਮੈਂ ਕੀਤੀ ਗਾਣੇ ਦੇ ਵਿੱਚ ਹੂੰ ਜੋ ਕਿ ਬਿਲਕੁਲ ਕਮਰਸ਼ਲ ਨਹੀਂ ਹੈਗੀ ਬਟ ਉਹ ਗੂਸਬੰਮ ਮੂਮੈਂਟ ਸੀ ਮੇਰੇ ਲਈ ਐਂਡ ਆ ਵਾਂਟਿਡ ਟੂ ਡੂ ਇਟ ਸੋ ਪਟਿਆਲਾ ਫਲੋ ਗਾਣਾ ਬਣ ਗਿਆ ਹੂੰ ਪਟਿਆਲਾ ਫਲੋ ਤੁਸੀਂ ਪਟਿਆਲੇ ਨੂੰ ਜਾਣਦੇ ਹੋ ਪਟਿਆਲੇ ਪੈਗ ਕਰਕੇ ਹੂੰ ਹਨਾ ਮੈਂ ਸੀ ਉਹ ਗਾਣੇ ਚ ਪਟਿਆਲੇ ਪੈਗ ਦਾ ਜ਼ਿਕਰ ਨਹੀਂ ਕੀਤਾ ਕਿਉਂਕਿ ਮੈਂ ਚਾਹੁੰਦਾ ਸੀ ਤੁਸੀਂ ਮੇਰੇ ਸ਼ਾਇਰ ਨੂੰ ਜਾਣੋ ਸਿਰਫ ਪੈਗ ਤੋਂ ਨਾ ਜਾਣੋ ਹੋਰ ਵੀ ਬਹੁਤ ਚੀਜ਼ਾਂ ਨੇ ਮੁੰਡੇ ਸੋਹਣੇ ਸੁਨੱਖੇ ਸਮਾਰਟ ਗੇੜੇ ਲਾਉਣੇ ਕੀ ਤਾਂ ਮੈਂ ਲਾਡੀ ਨੂੰ ਕਿਹਾ ਕਿ ਲਾਡੀ ਯਾਰ ਮੈਂ ਨਾ ਗਾਣੇ ਦੇ ਵਿੱਚ ਨਾ ਦੁੱਖਨਵਾਰ ਇਨਸਾਨ ਸਾਹਿਬ ਤੇ ਕਾਲੀ ਮਾਤਾ ਦੇ ਮੰਦਿਰ ਦੀ ਗੱਲ ਕਰਨੀ ਚਾਹੁੰਦਾ ਕਿਉਂਕਿ ਇਹ ਚੀਜ਼ ਆਪਣੇ ਕੋਲ ਹੈ ਸਾਡੇ ਵਿਰਸੇ 'ਚ ਹੈ ਹੈਨਾ ਤੇ ਲਾਡੀ ਮੈਨੂੰ ਕਹਿੰਦਾ ਉਹ ਰਿਲੈਕਟੈਂਟ ਸੀਗਾ ਤੇ ਉਹਨੂੰ ਵੀਰੇ ਯਾਰ ਕਮਰਸ਼ੀਅਲ ਗਾਣਾ ਹੈ ਉਹਦੇ ਵਿੱਚ ਕਿੱਥੋਂ ਗੱਲ ਆਊਗੀ ਕੀ ਕਰੀਏ ਮੈਂ ਕਹਾ ਨਹੀਂ ਮੈਨੂੰ ਕਰ ਹੁਣ ਬੜਾ ਮਨ ਮਾਰ ਕੇ ਨਾ ਲਾਡੀ ਨੂੰ ਪਤਾ ਵੀ ਨਹੀਂ ਕਿ ਜਦੋਂ ਮਤਲਬ ਮਨ ਬਣ ਗਿਆ ਕਿ ਗੱਲ ਪਾਉਣੀ ਹੈ ਸਾਨੂੰ ਗੱਲ ਨਹੀਂ ਸੀ ਲੱਭ ਰਹੀ ਫੇਰ ਉਹ ਸ਼ੇਰ ਬਣਿਆ ਲਾਡੀ ਨੇ ਜਿਹੜਾ ਕਿ ਆਪਣਾ ਇੱਥੇ ਏਕਾ ਸਾਡੇ ਲੋਕਾਂ ਦਾ ਏਕਾ ਮਤਲਬ ਯੂਨਿਟੀ ਯੂਨਿਟੀ ਇੱਥੇ ਏਕਾ ਸਾਡੇ ਲੋਕਾਂ ਦਾ ਕਦੇ ਈਦ ਤੇ ਕਦੇ ਦੀਵਾਲੀ ਆ ਇੱਥੇ ਦੁੱਖ ਨਿਵਾਰਨ ਦੁੱਖ ਟੁੱਟਦੇ ਇੱਥੇ ਮਾਂ ਕਲਕੱਤੇ ਵਾਲੀ ਆ ਉਹ ਜਦੋਂ ਅਸੀਂ ਸੁਣਿਆ ਨਾ ਉਹ ਸੱਚੀ ਗੂਜ਼ ਬੰਬ ਸੀ ਐਂਡ ਆ ਵਾਂਟਿਡ ਥੈਟ ਇਨ ਇਟ ਉਹ ਮੇਰੀ ਗੂਜ਼ਮਾ ਮੂਵਮੈਂਟ ਸੀ ਐਕਚੁਅਲੀ ਐਬਸੋਲੂਟਲੀ ਕੋਈ ਭਾਜੀ ਉਸकी ਇਕਾ ਦੁੱਖੀ ਕੋਈ ਲਾਈਨ ਅਗਰ ਆਪ ਐਸੇ ਤੋਂ ਆਪਨੇ ਬਤਾਈ ਹੈ ਕੋਈ ਅਗਰ ਹਮ ਉਸ ਗਾਣੇ ਕੀ ਥੋੜਾ ਸਾ ਪਾਰਟ ਸੁਣ ਪਾ ਤੋ ਕੋਈ ਵੀ ਆਪਣੇ ਦੀਆਂ ਇਹਦੇ ਵਿੱਚ ਕਹਿੰਦਾ ਕਿ ਇੱਕ ਹੱਥ ਮੁੱਛ ਤੇ ਤੇ ਦੂਜੇ ਰੋਲੈਕਸਾ ਨਹੀਂ ਪਿੱਛੇ ਰੂਬੀਕੋਨ ਦੇ ਏਐਮਜੀ ਫਲੈਕਸਾ ਨਹੀਂ ਪੁੱਛਦੀ ਕਿ ਕੰਮ ਕਿੰਨਾ ਭਰਦੇ ਆ ਟੈਕਸ ਨਹੀਂ ਇਨਕਮ ਗੈਸ ਤੇਰੇ ਨਾਲੋਂ ਥੋੜੀ ਆਈ ਟੇਕ ਅ ਲੋਟ ਆਫ ਪ੍ਰਾਈਡ ਇਨ एवरीथिंग दैट ਆਵ ਅਚੀਵਡ ਇਨ ਮਾਈ ਲਾਈਫ ਯੂ نو ਮੈਂ ਉਸ ਚੀਜ਼ ਨੂੰ ਸੈਲੀਬ੍ਰੇਟ ਵੀ ਕਰਦਾ ਬਟ ਆਈ ਮੀਨ ਇਟ ਵੈਨ ਆ ਸੇ ਦਿਸ ਮੈਂ ਆਪਦੇ ਸ਼ਹਿਰ ਜਾਂਦਾ ਇਟ ਰਿਮਾਈਂਡਸ ਮੀ ਵੇਅਰ ਆ ਕਮ ਫਰਮ ਇਟ ਰਿਮਾਈਂਡਸ ਮੀ ਕਿਹੜੀਆਂ ਸੜਕਾਂ ਤੋਂ ਉੱਠੇ ਆ ਤੁਸੀਂ ਗਾਣਾ ਦੇਖੋਗੇ ਗਾਣੇ ਚ ਰੇਡੀਆਂ ਦੇ ਵੀ ਵੀਡੀਓਜ਼ ਨੇ ਜਿਹੜੀਆਂ ਰੇਡੀਆਂ ਤੋਂ ਅਸੀਂ ਸਮਾਨ ਖਾਦਾ ਹੋਇਆ ਆਈ ਟੇਕ ਪ੍ਰਾਈਡ ਇਨ ਵੇਅਰ ਆ ਕਮ ਫਰਮ ਵੇਅਰ ਆ ਰੀਚਡ ਐਂਡ ਵੇਅਰ ਆਮ ਹੈਡਡ ਟੂਵਰਡਸ ਵਾਓ ਤਾਂ ਮੈਨੂੰ ਲੱਗਦਾ ਕਿ ਮੈਂ ਆਪਣੀ ਲਾਈਫ ਦੀ ਹਰ ਸਟੇਜ ਨੂੰ ਉਵੇਂ ਸੈਲੀਬ੍ਰੇਟ ਕਰਦਾ ਹਾਂ ਉਹਦੇ ਵਿੱਚ ਬੜੀ ਵਾਰੀ ਦੁੱਖ ਵੀ ਸੈਲੀਬ੍ਰੇਟ ਕੀਤੇ ਨੇ ਵੀਰੇ ਤੇ ਖੁਸ਼ੀਆਂ ਵੀ ਕਰ ਲਈਆਂ ਨੇ ਪਾਪ ਤਾਂ ਨਹੀਂ ਹੈਗਾ ਭਾਜੀ ਇੱਕ ਗੱਲ ਜਿਹੜੀ ਲੋਕਾਂ ਨੂੰ ਲੱਗਦੀ ਹੈ ਕਿ ਆ ਆਪਕੇ ਬਾਰੇ ਵਿੱਚ ਸੱਚ ਹੈ ਬਟ ਉਹ ਸੱਚ ਨਹੀਂ ਹੈ ਕਿ ਮੈਂ ਹਰ ਟਾਈਮ ਹੱਸਦਾ ਰਹਿਣਾ ਤੇ ਬਹੁਤ ਬਹੁਤ ਯਾ ਨੋਬਡੀ ਦ ਸ਼ੋ ਮਸਟ ਗੋ ਔਨ ਓਕੇ ਐਸ ਆਈ ਸੈਡ ਸੋਸ਼ਲ ਮੀਡੀਆ ਯੂਲ ਆਲਵੇਸ ਸੀ ਮੀ ਲਾਫਿੰਗ ਹੈਵਿੰਗ ਅ ਗ੍ਰੇਟ ਟਾਈਮ ਬਟ ਲਾਈਫ ਦੇ ਵਰਸਟ ਫੇਸਸ ਦੇ ਵਿੱਚ ਹਮ ਡਾਰਕੈਸਟ ਫੇਸਸ ਦੇ ਵਿੱਚ ਵੀ ਹੱਸ ਕੇ ਐਂਟਰਟੇਨ ਕੀਤਾ ਲੋਕਾਂ ਨੂੰ ਪਰ ਉਹ ਕੋਈ ਕੈਸ ਨਹੀਂ ਕਰ ਸਕਦਾ ਆਈ ਹੈਵ ਬੀਨ ਲਾਫਿੰਗ ਔਨ ਦ ਸਟੇਜ when i was crying inside and that's pretty sad but that's life that's an artist and that's permission that's life koi ek aisi baat jo logo ko assume hota hai but wo sach That hai aise hi parmesh hard working not, not a lot of people because generally artists are not, they get it to car car which is hmm. also true but like there are some people some of my fans hmm. ਓ ਮੈਨ ਦਿਸ ਇਜ਼ ਲਾਈਕ ਆਈ ਕੈਨ ਸ਼ੋ ਯੂ ਮੈਸੇਜਸ ਕਈ ਵਾਰੀ ਮੈਂ ਕਿਸੇ ਸ਼ੋਅ ਤੇ ਹੁੰਦਾ ਕਈ ਵਾਰੀ ਮੈਂ ਫੋਟੋ ਪਾਈ ਹੁੰਦੀ ਹੈ ਹੂੰ ਜਾਂ ਮੈਂ ਸਨੈਪਚੈਟ ਤੇ ਸਟੋਰੀ ਪਾ ਰਿਹਾ ਹੁੰਦਾ ਲਾਈਕ ਦੇਰ ਆ ਸਰਟਨ ਫੈਨਸ ਉਹ ਕਹਿੰਦੇ ਨੇ ਵੀਰੇ ਤੁਸੀਂ ਠੀਕ ਹੋ ਹੂੰ ਵੀਰੇ ਤੁਹਾਡੀ ਉਹ ਇੰਟਰਵਿਊ ਸੁਣੀ ਸੀ ਵੀਰੇ ਇਜ਼ एवरीथिंग ओके ਆਬਵੀਅਸਲੀ ਤੁਸੀਂ ਹਰ ਇੱਕ ਡੀਐਮ ਦਾ ਰਿਪਲਾਈ ਨਹੀਂ ਕਰ ਸਕਦੇ ਹੂੰ ਬਟ ਆਈ ਸੀ ਦੋ ਮੈਸੇਜਸ ਐਂਡ ਆਈ نو ਦੇ ਕੇਅਰ ਫਾਰ ਮੀ ਸੋ ਲੋਟ ਆਫ ਟਾਈਮਸ ਪੀਪਲ ਨੋ ਵਾਟਸ ਗੋਇੰਗ ਔਨ ਇਨ ਮਾਈ ਹੈਡ And वो अंदर तक पहचान हाँ। लेता है आर्टिस्ट को और और वही मेरी कोर है और उन्हीं के लिए काम कर रहा हूँ और जो भी है सिर्फ वो लोगों के कारण ही है भाई जेडी तो क्या है डार्क फेज या लो फेज सबका ही होता है तो 100%. उस उस केस में ना हर किसी का गेट अवे होता है कोई किसी से बात करता है कोई या तो किसी जगह चला जाता है कोई क्विट हो जाता है या कोई डबल काम करने लग जाता है तो आपका गेट अवे मोमेंट क्या होता है कि यार जब भी कोई ऐसी चीज फंसती है कहीं ये है मेरा सॉल्यूशन ਆਪਣੇ ਗਾਣੇ ਵਾਇਰਲ ਕਰਤੇ ਹੈ ਕੁਝ ਆਈ ਐਮ ਸ਼ੋਰ ਉਹ ਤਾਂ ਨਹੀਂ ਹੋਗਾ। ਤਾਂ ਮੁੰਡਿਆਂ ਕੋਲ ਹੁੰਦੇ ਨਹੀਂ ਗੈਟਵੇ। ਮੁੰਡਿਆਂ ਕੋਲ ਤਾਂ ਜ਼ਿੰਮੇਵਾਰੀਆਂ ਹੁੰਦੀਆਂ ਨੇ। ਹੂੰ। ਉਹ ਨਭਾ ਲਈਆਂ ਨੇ। ਪਰ ਸੀ ਇਟਸ ਨੋਟ ਦੈਟ ਐਸਾ ਤਾਂ ਸੀ ਆਈਲ ਗੋ ਬੈਕ ਇਨ 2007। ਆਈ ਥਿੰਕ ਦੈਟ ਵਾਸ ਅ ਟਫੈਸਟ ਟਾਈਮ। ਟਫੈਸਟ ਟਾਈਮ ਮੈਂ ਇਸ ਲਈ ਬੋਲ ਰਿਹਾ ਕਿ 18 ਸਾਲ ਦਾ ਲੜਕਾ ਦਾ। ਹੂੰ। ਇਹ ਨਹੀਂ ਪਤਾ ਪੀਆਰ ਹੋਣਾ ਕਿ ਨਹੀਂ ਹੋਣਾ। ਹੂੰ। ਪੈਸੇ ਜੋੜਨੇ ਨੇ ਤਾਂ ਫੀਸ ਭਰਨੀ ਆ ਘਰੋਂ ਮਗਾ ਨਹੀਂ ਸਕਦੇ। ਸਹੀ ਗੱਲ ਹੈ। ਤਾਂ ਇਵਨ ਦੋ ਦੈਟ ਟਾਸਕ ਲੁਕਸ ਵੈਰੀ স্মੋਲ। 2.5 ਲੱਖ ਰੁਪਈਆ ਹੈ ਪਰ ਇੱਕ 18 ਸਾਲ ਦਾ ਬੱਚਾ ਜਦੋਂ ਆ ਗਿਆ ਨਾ ਇੱਕ ਨਵੇਂ ਮੁਲਕ ਤੇ ਉਹਨੂੰ ਪਤਾ ਨਹੀਂ ਗਿਆ ਰ ਭਾਂਜ ਰੋਟੀ ਦਾ ਕੀ ਬਣੂਗਾ ਸਹੀ ਗੱਲ ਹੈ ਤੇ ਉਹ ਜਾ ਰਿਹਾ ਇੱਕ ਸ਼ਾਪ ਤੇ ਜੌਬ ਮੰਗਣ ਨੂੰ ਇਹ ਵੀ ਨਹੀਂ ਪਤਾ ਮੇ ਰੈਜ਼ਿਊਮੇ ਕਿਹਨੂੰ ਦੇਣਾ ਤੇ ਉਹ ਰੈਜ਼ਿਊਮੇ ਵੀ ਵੇਟਰ ਨੂੰ ਡਰ ਡਰਦਾ ਦੇ ਆਉਂਦਾ ਹੂੰ ਉਹਨੂੰ ਇਹ ਵੀ ਨਹੀਂ ਪਤਾ ਕਿ ਮੈਂ ਇਹ ਪੁੱਛਣਾ ਉਹਨੂੰ ਮੈਨੇਜਰ ਕੋਲ ਜਾਵਾਂਗੇ ਨਹੀਂ ਹੂੰ ਤਾਂ ਉਹ ਟਾਈਮ ਨੂੰ ਮੈਂ ਹਾਰ ਮੰਨਦਾ ਤੇ ਮੈਨੂੰ ਉਹ ਸਾਰੇ ਚੀਜ਼ਾਂ ਚੋਂ ਕਿਨੇ ਕੱਢਿਆ ਮੈਨੂੰ ਸਿਰਫ ਸਿਰਫ ਮੇਰੇ ਕੰਮ ਨੇ ਕੱਢਿਆ ਹੂੰ ਤਾਂ ਮੈਂ ਕਿਹਾ ਜ਼ਿੰਦਗੀ ਦਾ ਕੋਈ ਵੀ ਔਖਾ ਸਮਾਂ ਹੂੰ ਕੋਈ ਵੀ ਔਖਾ ਸਮਾਂ ਉਹ ਕੰਮ ਨਹੀਂ ਛੱਡਣਾ ਕੰਮ ਨਹੀਂ ਛੱਡ ਸਕਦਾ ਕੰਮ ਨਾਲ ਹੀ ਨਿਕਲੂਗਾ ਜਵਾਬ ਹਰ ਚੀਜ਼ ਦਾ ਕੰਮ ਹੈ ਸਹੀ ਗੱਲ ਹੋ ਸਕਦਾ ਕੋਈ ਬੈਟਰ ਜਵਾਬ ਹੋਵੇ ਹੂੰ ਪਰ ਜਦ ਤੱਕ ਮੈਨੂੰ ਜਵਾਬ ਨਹੀਂ ਲੱਭ ਰਿਹਾ ਮੈਂ ਕੰਮ ਕਰ ਰਿਹਾ ਕਿਉਂਕਿ ਇਹ ਜਵਾਬ ਤਾਂ ਚੱਲ ਰਿਹਾ ਨਾ ਵੀ ਹੂੰ ਜ਼ਿੰਦਗੀ ਨੇ ਨਹੀਂ ਰੁਕਣਾ ਜ਼ਿੰਦਗੀ ਨੇ ਚੱਲੀ ਜਾਣਾ ਤੇ ਉਹ ਚੱਲਣੀ ਵੀ ਚਾਹੀਦੀ ਆ ਹੂੰ ਪਰ ਜੇ ਢੇਰੀ ਟਾ ਕੇ ਬਹਿ ਗਏ ਤਾਂ ਬਹਿ ਗਏ ਸਹੀ ਗੱਲ ਹੈ ਆਪਣੇ ਆਪ ਨੂੰ ਆਪ ਹੀ ਥਾਪੀ ਦੇਣੀ ਪੈਣੀ ਆ ਆਪੇ ਹੀ ਖੜਾ ਕਰਨਾ ਪੈਣਾ ਆਪ ਹੀ ਤੁਰਨਾ ਪੈਣਾ ਵਾਈਲ एवरीथिंग दैट ਹੈਪਨਸ ਇਨ ਇਨ ਯੂਅਰ ਲਾਈਫ ਇਜ਼ ਨੋਟ ਯੂਅਰ ਫਾਲਟ ਬਟ ਇਟ ਸਰਟਨਲੀ ਇਜ਼ ਯੂਅਰ ਰਿਸਪੋਨਸਿਬਿਲਟੀ ਐਬਸੋਲੂਟਲੀ ਐਂਡ ਓਨਲੀ ਰਿਸਪੋਨਸਿਬਿਲਟੀ ਕੈਨ ਟੇਕ ਯੂ ਆਊਟ ਆਫ ਇਟ ਇਹ ਮੇਰੀ ਕੋਟ ਨਹੀਂ ਹੈਗੀ ਦਿਸ ਇਜ਼ ਅ ਵੈਰੀ ਡੀਅਰ ਫਰੈਂਡ ਆ ਮਾਈਂ ਆਸਵੰਤ ਸਿੰਘ ਢਾਲੀਵਾਲ ਹੀ ਇਜ਼ ਸਰਵਿੰਗ ਐਸ ਡੀਐਸਪੀ ਇਨ ਪੰਜਾਬ ਮਾਈ ਬੈਸਟ ਫਰੈਂਡ ਇਹ ਉਹਦੀ ਕਟੇਸ਼ਨ ਸੀਗੀ

but uh, let's say 5 years ago na used to be a little beefed up hm mm. but with the content jis kaam kar karna hunda tusi filma de vich zaroori nahi har film vich tusi sharir vadda hi leke auna hm ta main with the time realize kita thoda lean rehna mere layi vadiya easy to maintain It's easy on my body hm mm. te easy for the traveler as well hm mm. when you to put on size i can obviously put on size i think you need to know ke gym hai ki cheez to ade layi hm ਮੇਰੇ ਲਈ ਜਿੰਮੇ ਤਾਂ ਹੈ ਹੀ ਨਹੀਂ ਕਿ ਮੈਂ ਡੋਲੇ ਵੱਡੇ ਕਰਾਂ ਮੇਰਾ ਡੋਲਾ ਪੰਪ ਤਾਂ ਹੋ ਹੀ ਜਾਂਦਾ ਮੈਂ ਫੋਟੋ ਵੀ ਚਾਰ ਪਾ ਦਿੰਦਾ ਇਹ ਫਮ ਮੇਰਾ ਜੀ ਕਰਦਾ ਯਾਰ ਹੁਣ ਸਰਦੀਆਂ ਆ ਗਈਆਂ ਥੋੜਾ ਗੇਨ ਕਰ ਲਓ ਬਲੀਨ ਕਰ ਲਓ ਪਰ ਐਕਟਿਵ ਲਾਈਫ ਸਟਾਈਲ ਹੋਣਾ ਬਹੁਤ ਜ਼ਰੂਰੀ ਹੈ ਤਾਂ ਮੈਂ ਇਹ ਨਹੀਂ ਸਾਰਿਆਂ ਨੂੰ ਕਹਾਂ ਕਿ ਜਿੰਮ ਕਰੋ ਕੋਈ ਬੰਦਾ ਜਿੰਮ ਜਾਣਾ ਹੀ ਨਹੀਂ ਚਾਹੁੰਦਾ ਕੋਈ ਮੈਥਸ ਦੇ ਵਿੱਚ ਬੰਦਾ ਬਹੁਤ ਜ਼ਿਆਦਾ ਇੰਟੈਲੀਜੈਂਟ ਹੈ ਉਹ ਦੂਜੇ ਨੂੰ ਕਹੀ ਜਾਵੇ ਯਾਰ ਮੈਥ ਪੜਿਆ ਕਰ ਮੈਥ ਪੜਿਆ ਕਰ ਬੰਦਾ ਕੋ ਯਾਰ ਮੈਂ ਨਹੀਂ ਪੜਨਾ ਮੈਥ ਉਵੇਂ ਮੈਂ ਕਿਸੇ ਨੂੰ ਜਿੰਮ ਲਾਉ ਨਹੀਂ ਕਹਿੰਦਾ ਪਰ ਹਸਾਬ ਤੋਂ ਆਉਣਾ ਚਾਹੀਦਾ ਮੈਥ ਦਾ ਹੂੰ ਸਹੀ ਗੱਲ ਹੈ ਹਨਾ ਓਵੇਂ ਹੈ ਕਿ ਇੰਨਾ ਕਿ ਐਕਟਿਵ ਬੰਦੇ ਨੂੰ ਹੋਣਾ ਚਾਹੀਦਾ ਕਿ ਠੀਕ ਹੈ ਉਸ ਕਾ ਬਾਜੀ ਆਪਕੀ ਇਸ ਆਰਟਿਸਟਿਕ ਲਾਈਫ ਮੇ ਵੀ ਇੰਪੈਕਟ ਹੈ ਯਾਰ ਨਹੀਂ ਉਹ ਤਾਂ ਮੈਂ ਆਪਣੇ ਲਈ ਕਰ ਰਹਾ ਹਾਂ ਉਸਕਾ ਇਸਸੇ ਕੋਈ ਲੈਣਾ ਨਹੀਂ ਉਹਦੇ ਨਾਲ ਕੋਈ ਸੰਬੰਧ ਨਹੀਂ ਭਾਈ ਕਿਉਂਕਿ ਦਿੱਲੀ ਕੇ ਕੁਝ ਐਸੇ ਜੇ ਮੈਂ ਬਾਜੀ ਮੈਂ ਇਸਲੇ ਵੀ ਇਹ ਸਵਾਲ ਪੁੱਛਾ ਤਾ ਜਹਾਂ ਪਰ ਹਮ ਤੇਰੇ ਬਿਨ ਅਬ ਰਹਿਨੇ ਉਸਕੇ ਬਾਅਦ ਉਹਨਾਂ ਦਾ ਪੰਪ ਆਤਾ ਹੈ ਉਹ ਆਪਣੇ ਐਕਸ ਕੋ ਯਾਦ ਕਰਕੇ ਹੀ ਉਹ ਆਪਣੀ ਬੈਂਚ ਪ੍ਰੈਸ ਇਹ ਮੈਂ ਸੁਣੀ ਆ ਨਾ ਤੇ ਗੱਲ ਸਹੀ ਆ ਬ੍ਰੇਕਅਪ ਨੇ بڑے ਬੋਡੀ ਬਿਲਡਰ ਬਣਾ ਸਾਡੇ ਚ ਵੀ ਹੈਗਾ ਇੱਕ ਹਾਂ ਪਰ ਉਹਦਾ ਜਿਵੇਂ ਨਵੀਂ ਆਸ਼ਕੀ ਸ਼ੁਰੂ ਬੋਡੀ ਗਈ ਹਾਂ ਠੀਕ ਆ ਵੀਰੇ ਹਰ ਬੰਦੇ ਨੂੰ ਮੋਟੀਵੇਸ਼ਨ ਚਾਹੀਦੀ ਆ ਜੀ ਮੈਨੂੰ ਵੀ ਕੋਈ ਨੈਗੇਟਿਵਿਟੀ ਕਿਤੋਂ ਮਿਲਦੀ ਆ ਕੋਈ ਟ੍ਰੋਲ ਹੁੰਦਾ ਮੈਂ ਵੀ ਉਹਨੂੰ ਫਿਊਲ ਵਾਂਗੂ ਲੈਣਾ ਠੀਕ ਆ ਮੈਂ ਸਿਲੇਕਟਿਵਲੀ ਅਫੈਂਡ ਹੋ ਜਾਣਾ ਕੋਈ ਨਾ ਜ਼ਿਆਦਾ ਸਿਲੇਕਟਿਵਲੀ ਅਫੈਂਡ ਤੇਰਾ ਭਲੇਗਾ ਕੱਢਾਂਗੇ ਵਧੀਆ ਮੋਟੀਵੇਸ਼ਨ ਚਾਹੀਦੀ ਆ ਯੂਜ਼ ਇਟ ਐਜ਼ ਫਿਊਲ ਜਸਟ ਬੀ ਸਮਾਰਟ ਇਨਾ ਬੀ ਸਮਾਰਟ ਨਾ ਦਿੱਲੀ ਵਾਲੇ ਭਾਈ ਜੀ ਜਿਆਦਾ ਹੀ ਫੀਲ ਹੋ ਜਾਂਦੇ ਉਹ ਜਿਮ ਮੇ ਤਾਂ ਮਾਰਦੇ ਪੂਰਾ ਪੰਪ ਉਸਕੇ ਬਾਅਦ ਆ ਕੇ ਉਹ ਮੋਮੋ ਵੀ ਉਤਨੇ ਪੇਲ ਕੇ ਖਾਤੇ ਏ ਉਦੋਂ ਵਧੀਆ ਪੰਜਾਬੀ ਦੀ ਕਹਾਵਤ ਆ ਦੱਬ ਕੇ ਖਾਓ ਤੇ ਰੱਜ ਕੇ ਵਾਓ ਠੀਕ ਆ ਨਾ ਰੱਜ ਕੇ ਖਾਓ ਜ਼ਰੂਰੀ ਥੋੜੀ ਸਿਕਸ ਪੈਕ ਗੋਲ ਥੋੜੀ ਆ ਤਗੜਾ ਮੋਮੋ ਬਾਪ ਹੈਲਦੀ ਖਾਓ ਗੰਦਮੰਦ ਜਿਆਦਾ ਨਾ ਖਾਓ ਖਾਣਾ ਭਾਈ ਖਾਓ ਗਿਆਨ ਦੇਣ ਵਾਲੀ ਮੈਂ ਸਟੇਟ 'ਚ ਹੈ ਨਹੀਂ ਕਹਿੰਦੇ ਆ ਵਾਈਜ਼ਮੈਨ ਵਨ ਸੈਟ ਨਾਥਿੰਗ ਮੈਂ ਦਾਵਾ ਤੁਨਣਾ ਆ ਉਹਦਾ ਐਕਸਪੀਰੀਅੰਸ ਸਾਂਝਾ ਕਰ ਰਿਹਾ ਮੈਂ ਕੋਈ 10 ਨਹੀਂ ਰਿਹਾ ਤੁਹਾਨੂੰ ਲੱਗਦਾ ਮੇਰੀ ਗੱਲ ਸਹੀ ਹੈ ਭਾਈ ਸੁਣ ਲਓ ਨਹੀਂ ਲੱਗਦੀ ਜੋ ਮਰਜ਼ੀ ਕਰੋ ਤੁਸੀਂ ਜਿਆਦਾ ਸਹੀ ਤੁਸੀਂ ਦੱਸ ਦਿਓ ਕੀ ਸਹੀ ਹੈ ਫਿਰ ਅਸੀਂ ਨਹੀਂ ਸੁਣਾਗੇ ਓਕੇ ਭਾਈ ਆ

ਥੈਰੇਪੀ ਵਾਹ ਓਨਲੀ ਦ ਲਵ ਫਾਰ ਦ ਕਾਰ ਪੀਪਲ ਕੈਨ ਅੰਡਰਸਟੈਂਡ ਥਿਸ ਕੋਈ ਕਾਰ ਹੋਵੇ ਲੰਬੀ ਡਰਾਈਵ ਹੋਵੇ ਅਰੇ ਯਾਰ ਇੱਕ 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 ਹੀ ਕਰਨਾ ਹੈ ਭਾਜੀ ਓਕੇ ਅ ਖਾਣਾ ਫੂਡ ਆਲੂ ਗੋਭੀ ਆਹ ਚਿੱਟਾ ਮੱਖਣ ਘਰ ਦਾ ਉਹ ਭਾਈ ਸਾਹਿਬ ਉਹਦੇ ਉੱਤੇ ਪਾ ਕੇ ਅਲੱਗ ਹੀ ਕੁਝ ਸਾਈਡ ਨਿਕਲ ਕੇ ਆਈ ਅ ਚੰਡੀਗੜ੍ਹ ਕਿਹੜੀ ਰੂਟ ਫੋਰ ਦ ਫੋਰਚੂਨੇਟ ਫੋਰ ਦ ਫੋਰਚੂਨੇਟ ਵਾਹ ਕੈਨੇਡਾ ਮਗਦੇ ਸੁਪਨੇ ਵਾਹ टाइम लेके वहाँ बिल्कुल समझ गया ठीक uh, है मतलब दिस इज अ कॉन्टेक्स्ट टू द इंटरनेशनल स्टूडेंट्स हु वर्किंग वेरी हार्ड वाह सुकून सदा वाह प्रिंस नरूला प्रा ओके मुंबई सुखन ओके छोले भटूरे नॉट अ फाउंड ऑफ ओके पैराडॉक्स रिस्पेक्ट रिस्पैक्ट रिस्पैक्ट सच अ स्वीट किड सच अवीट किड लाइक गॉड ब्लैसिंग वाह गोल्डी भाजी विजडम स्टाइल स्टेटमेंट कुर्ता पजामा ठीक है लव प्यार गीत रिलेशनशिप फादर एंड डॉटर वाह सॉरी पापा पर फादर मेरे पापा भी आ गए ठीक है ऑटो ट्यून 4x4 G wagon ਚ ਨਹੀਂ ਆ ਪਲੱਗ ਹੁੰਦੇ ਆ 4x4 ਸਪੋਰਟ ਪਲੱਸ ਮੋਡ ਉਹ G wagon ਆ ਆਡੀਓ ਟਿਊਨ ਲਾ ਕੇ ਸਪੋਰਟ ਪਲੱਸ ਆ ਓਕੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਇਹ ਆਈ ਸ਼ੁਡਨਟ ਟੇਕ ਲਾਈਟਲੀ ਨੋ ਵਨ ਸ਼ੁਡ ਟੇਕ ਲਾਈਟਲੀ ਥਿਸ ਇਜ਼ ਦ ਫਿਊਚਰ एवरीवन ਨੀਡਸ ਟੂ ਬੀ ਔਨ ਟੌਪ ਆਫ ਇਟ ਨੀਡ ਟੂ ਲਰਨ ਇਟ ਬਿਫੋਰ ਇਟ ਬਿਕਮਸ ਯੋਰ ਕੰਪੀਟੀਸ਼ਨ ਯੂਜ਼ ਇਟ ਐਜ਼ ਯੋਰ ਐਡਵਾਂਟੇਜ ਓਕੇ ਥਿਸ ਇਜ਼ ਸੀਰੀਅਸ ਵਨ ਫਿਟਨੈਸ ਨਨ ਗੋਸ਼ੀਲੋ ওকে ਵਾਈ ਹੇਟ ਵਨ देयर ਇਜ਼ so much to love over ਪਰਮੇਸ਼ਵਰਵਾ ਆਪ ਜੀ ਆ ਮੁੰਡਾ ਇਸ਼ਕ ਐਫ ਐਮ ਅੱਜ ਦੀ ਬੈਸਟ ਇੰਟਰਵਿਊ ਔਨ ਰਿਕਾਰਡ ਔਨ ਰਿਕਾਰਡ ਲਾਸਟ ਬਟ ਨਾਟ ਦ ਲੀਸਟ ਅਤੀਸ਼ੇ ਆ ਲਰਨਡ ਸਮਥਿੰਗ ਫਰਮ ਯੂਰ ਨੇਮ ਬ੍ਰੋ ਵਾਓ ਅਮੇਜ਼ਿੰਗ ਕਹਿੰਦੇ ਨੇ ਪੰਜਾਬੀ ਦੀ ਕਹਾਵਤ ਹੈ ਕਿ ਅਤ ਖੁਦਾ ਦਾ ਵੈਰ ਹੁੰਦਾ ਹੂੰ

आप ऐसे ही रहो आप ऐसे ही रहेंगे ना आप कुछ बात भी करोगे तब भी आपका ध्यान जाएगा एक सवाल ना इट इज नॉट ऑफ सिर्फ दिल का सवाल है अपना पाजी, विजन कहाँ है हर किसी का होता है ना इधर मैं खुद को देखना चाहता हूँ आप सामने रख देना यार मैं एक्टिंग करना आया सीगा, hmm. ते मैं सब कुछ कर लिया एक्टिंग छो बैक टू माई ट्रू आर्ट and i love music hmm. up until now let's say up until last few years i wasn't even enjoying my music pehle to i was enjoying my music na hmm. successful ho gaya theek hai us to baad phas gaya kya hun karna payna kareeb hi gaya oh bada ik baaro to chal rya si na matlab jo banda dekhna aaya oh to tonu tadda butter chicken swad milya chef ne khushi naal banaya ke nahi oh skandari hai ਤਾਂ ਮੈਨੂੰ ਕਨਫਾਈਨ ਕਰ ਦਿੱਤਾ ਗਿਆ ਸੀ ਇੱਕ ਸਰਟਨ ਟਾਈਪ ਆਫ 뮤직 ਦੇ ਵਿੱਚ ਯਾਰ ਬਹੁਤ ਸਹੀ ਬੋਲੇ ਬਾਈ ਤਾਂ ਮੈਂ ਲਾਦਾ ਸੀ ਯਾਰ ਮੈਂ ਇਡੀਆਂ ਕਮਾਲ ਦੀਆਂ ਵੀਡੀਓਜ਼ ਬਣਾਉਂਦਾ ਸੀ ਡਿਫਰੈਂਟ ਡਿਫਰੈਂਟ ਕਰੈਕਟਰ ਹੁੰਦੇ ਸੀਗੇ ਦੇਰ ਵਾਸ ਸੋ ਮੱਚ ਇਮੋਸ਼ਨਸ ਇਨ ਦੋਜ਼ ਵੀਡੀਓਜ਼ ਦੇਰ ਵਾਸ ਸਟੋਰੀਜ਼ ਥੈਟ ਆ ਯੂਜ਼ ਟੂ ਟੈਲ ਹਮ ਨਾਉ ਆਮ ਜਸ ਮੇਕਿੰਗ ਸਿੰਕ ਬੇਸਡ ਵੀਡੀਓਜ਼ ਆਫ ਮਾਈ ਓਨ ਆਫ ਦਿਸ ਸੌਂਗਸ ਥੈਟ ਆਮ ਨਾਟ ਇੰਜੋਇੰਗ ਪੈਰ ਪੈਸੇ ਆ ਰਹੇ ਨੇ ਉਹ ਜ਼ਰੂਰੀ ਨੇ ਉਹ ਵੀ ਜ਼ਰੂਰੀ ਨੇ ਘਰ ਵੀ ਪਾਉਣਾ ਹੈ ਜ਼ਿੰਮੇਵਾਰੀਆਂ ਵੀ ਨੇ ਸੂਣਾ ਹੁਣ ਮੈਂ ਇੱਕ ਹੋਜੀ ਸਪੇਸ ਤੇ ਆ ਮੈਂ ਦੋ ਪਿਛਲੇ ਦੋ ਸਾਲ ਹੂੰ ਜਦੋਂ ਮੈਂ ਰੂਬੀਕਨ ਡ੍ਰਿਲ ਗਾਣਾ ਕੀਤਾ ਨਾ ਉਦੋਂ ਇਨਫੈਕਟ ਪਹਿਲਾਂ ਨਾ ਫਾਰਮਿੰਗ ਗਾਣਾ ਕੀਤਾ ਮੈਂ ਇੱਕ ਸਨੈਪਚਟ ਤੇ ਵੀ ਬੋਲਿਆ ਸੀ ਕਿ ਮੈਂ ਗਾਣੇ ਨਹੀਂ ਕਰਨੇ ਇੱਕ ਸਾਲ ਮੈਂ ਗਾਣੇ ਨਹੀਂ ਕਰੂੰਗਾ ਮੈਂ ਲਾਡੀ ਤੇ ਫੋਕਸ ਕਰੂੰਗਾ ਉਹ ਮੈਂ ਇਸ ਕਰਕੇ ਕਰਨਾ ਸੀ ਕਿ ਆ ਰਮ ਟਾਇਰਡ ਕੁਝ ਕ੍ਰੀਏਟਿਵ ਕਰਦੇ ਆ ਫਿਰ ਗਾਣਾ ਬਣਾਇਆ ਨਾ ਜੱਟਾ ਨਾ ਫਿਰ ਗਾਣਾ ਬਣਿਆ ਚਲੋ ਰੂਬੀਕਨ ਡ੍ਰਿਲ ਫਿਰ ਕੀਤਾ ਨੋ ਰੀਜ਼ਨ ਫਿਰ ਕੀਤਾ ਪੰਜਾ ਦਾ ਚੈੱਕ ਕਰ ਲੈਂਬੋ ਫਲੋ ਆਮ ਜਿਹੇ ਮੁੰਡੇ 2 ਆਈ 스타ਟਡ ਇੰਜੋਇੰਗ ਮਾਈ ਕੰਟੈਂਟ ਆਈ ਲਵ ਪਟਿਆਲਾ ਫਲੋ ਆਈ ਲਵ 1 2 3 4 ਆਈ ਲਵ ਯਾਰ ਮੇਰੇ ਆਈ ਲਵ ਤੱਕ ਯਾਰ ਮੈਂ ਖੁਸ਼ ਆ ਨਾ ਯਾਰ ਪਹਿਲਾਂ ਖੁਸ਼ ਨਹੀਂ ਸੀਗਾ ਅੰਦਰ ਹੁਣ ਮੈਂ ਰੂ ਨਾਲ ਗਾਣੇ ਬਣਾਉਣਾ ਟਕਾ ਕੇ ਹੁਣ ਬਨਾਲੇ ਹੁਣ ਲਾਡੀ ਚੱਲ ਆ ਗਾਣਾ ਕਰਦੇ ਆ ਤੇਰਾ ਹੁਣ ਐਵੇਂ ਕਰਦੇ ਆ ਹੁਣ ਐਵੇਂ ਕਰ ਹੁਣ ਥੋੜੇ ਪੈਸੇ ਵੀ ਆਉਣ ਲੱਗੇ ਕਿਉਂਕਿ ਗਾਣੇ ਚੱਲ ਗਏ 2-3 ਹਮਮ ਪਹਿਲਾਂ ਆਪਾਂ ਕੰਪਨੀਜ਼ ਤੇ ਰਲਾਇ ਕਰਦੇ ਆ ਹਮ ਤਾਂ ਮੇਰਾ 뮤직 ਸੈਟ ਹੋ ਗਿਆ ਤਾਂ ਹੁਣ ਮੇਰਾ ਇੱਕੋ ਗੋਲ ਹੈ ਕਿ 3 ਮਹੀਨੇ 뮤직 ਕੀਤਾ ਉਹ ਜਿਹੜਾ ਮਰਜ਼ੀ ਦਾ ਕਰਨਾ ਫਿਰ ਆਪਦੀ ਰਾਈਟਿੰਗ ਕੀਤੀ ਆਪਦੀ ਮਰਜ਼ੀ ਦੀ ਫਿਲਮ ਕੀਤੀ ਇਸ ਸਾਲ ਹੁਣ ਮੈਂ ਰੌਕੀ ਮੈਂਟਲ ਕਰ ਰਿਹਾ ਤੇ ਮੈਂ ਆਪ ਲਿਖ ਰਿਹਾ ਸਟੋਰੀ ਆਈ ਏਮ ਦਾ ਹੈਪੀਐਸਟ ਆਈ ਹੈਵ ਏਵਰ ਬੀਨ ਆਈ ਡੋਨਟ ਥਿੰਕ ਇਟਸ ਅ ਬੈਟਰ ਐਡਵਾਈਸ ਐਂਡ ਇਟਸ ਜ਼ਿਆਦਾ ਕੈਂਡੀਡੇਟ ਐਡਵਾਈਸ ਅੱਜ ਤੱਕ ਯਾਰ ਲੋ ਵਾਈ ਹੇਟ ਸੁਨੋ ਐਲਬਮ ਆ ਠੀਕ ਹੈ ਜੀ ਐਂਡ ਚ ਕਰਦੀ ਹੈ ਪ੍ਰੋਮੋਸ਼ਨ ਔਨ 댓 ਨੋਟ ਥੈਂਕ ਯੂ ਸੋ ਮਚ ਪਾਜੀ ਫੋਰ ਕਮਿੰਗ ਟੂ 104.8 SKFM ਥੈਟ ਵਾਸ ਦੀ ਵਨ ਐਂਡ ਦੀ ਓਨਲੀ ਪਰਮੀਸ਼ ਪਰਵਾ ਥੈਂਕ ਯੂ ਜੀ ਥੈਂਕ ਯੂ ਸੋ ਮਚ ਫਾਰ ਹੈਵਿੰਗ ਬ्रो